हाँ जी फ्रेंड्स, सत श्री अकाल अमृतसर। सो अज आप आए हैं तेरा तेरा चाह भट्टे, जो कि है सुल्तान गेट के बिल्कुल करीब। तो ये बहुत ही वधिया चाह बनाते हैं, तो आप ऑनर ना भी गल करांगे ते चाह भी टेस्ट करांगे। हाँ जी सर, काफ़ी नाम सुने तेरे तेरा तेरा चाह जेड़े दी खोली ओपन की, सुनया KFC चाह बहुत स्वाद मिलती है। कितों तुम लिया KFC चाह पर ਕਿੱਦਾਂ ਰਿਸਪੋਂਸ ਆ ਰਿਹਾ ਕਸਟਮਰ ਦਾ? KFC ਚਾਂਪ ਦਾ ਵੀਰ ਜੀ, ਸਾਡਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾ ਕਾਊਂਟਰ ਹੈ ਜਿਹੜਾ KFC ਚਾਂਪ ਲਿਆਉਂਦਾ, ਅਤੇ ਇਹ ਚਾਂਪ ਸਾਰੇ ਨਾਲੋਂ ਵੱਖਰੀ ਹੈ। ਜਿਸ ਦਾ ਜਿਹੜਾ ਚਾਂਪ ਦਾ ਜਿਹੜਾ ਟੇਸਟ ਹੈ, ਪ੍ਰੋਪਰ ਜਿਹੜੀ ਫਿਸ਼ ਹੁੰਦੀ ਹੈ, ਫਰਾਈਡ ਫਿਸ਼ ਹੁੰਦੀ ਹੈ, ਉਹਦਾ ਟੇਸਟ ਆਏਗਾ। ਅਤੇ ਇਹ ਆਈਟਮ ਸਾਡੀ ਆਪਣੀ ਹੈ, ਇਹ ਕਿਸੇ ਦੇ ਅਸੀਂ ਪਹਿਲਾ ਕਾਊਂਟਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੈਂ ਲੈ ਕੇ ਆਇਆ KFC ਚਾਂਪ ਦਾ। ਓਕੇ, ਕੀ ਸਰਵ ਕਰ ਰਹੇ ਹੋ ਤੁਸੀਂ ਆਪਣੀ ਸ਼ੋਪ 'ਤੇ? ਸਾਡੇ ਵਿੱਚ ਇਹਦੇ ਵਿੱਚ ਹੈਗਾ ਚਾਂਪ ਭੱਟ ਹੈਗਾ, ਇਹਦੇ ਵਿੱਚ ਚਾਂਪ ਦੀਆਂ ਵਰਾਇਟੀਆਂ ਬਹੁਤ ਸਾਰੀਆਂ, ਨਾਲ ਮੋਮੋਜ਼ ਹੈ, ਪਨੀਰ ਹੈ, ਮਸ਼ਰੂਮ ਹੈ, ਸਾਡਾ ਰੁਮਾਲੀ ਢੋਲ ਹੈ ਸਪੈਸ਼ਲ ਜਿਹੜੇ ਹੈ, ਨਾਲ ਤੰਦੂਰੀ ਪਲੈਟਰਸ ਹੈ। ਇਹ ਸਭ ਚੀਜ਼ਾਂ ਜਿਹੜੀਆਂ ਸਾਡੇ 'ਚ ਆਉਂਦੀਆਂ, ਇਹ ਹੈਗਾ KFC ਚਾਂਪ, ਤੰਦੂਰੀ, ਮਲਾਈ, ਅਫਗਾਨੀ ਅਚਾਰੀ, ਰੈਲੀ। ਅਸੀਂ ਮੋਮੋ 'ਚ ਵੀ ਘੱਟੋ ਘੱਟ 5 ਵਰਾਇਟੀਆਂ ਦੇ ਰਹੇ ਹਾਂ। ਮੋਮੋ 'ਚ ਵੀ KFC ਮੋਮੋ ਹੈ, ਚਟਪਟੀ, ਤੰਦੂਰੀ, ਅਫਗਾਨੀ, ਰੈਲੀ, ਚਟਪਟ। ਹੁਣ ਤੁਹਾਨੂੰ ਚਟਪਟੀ ਚਾਂਪ ਬਣਾ ਕੇ ਮੈਂ ਦਿਖਾਵਾਂਗਾ ਕੀ ਚੀਜ਼ ਹੈਗੀ। ਇਹ ਸਾਡੀ ਸਪੈਸ਼ਲ ਚਟਪਟੀ ਚਾਂਪ ਹੈ। ਕੀ ਕੀ ਪਾਇਆ ਸਰ ਇਹਦੇ ਵਿੱਚ ਮਸਾਲੇ ਵਗੈਰਾ? ਇਹਦੇ ਵਿੱਚ ਸਾਡੇ ਆਪਣੇ ਇੰਗਰੀਡੀਐਂਟਸ ਪੈਂਦੇ ਆ, ਜੋ ਅਸੀਂ ਸਾਰੇ ਇੰਗਰੀਡੀਐਂਟ ਆਪ ਤਿਆਰ ਕਰੀਦੇ ਆ ਭਾਜੀ। ਠੀਕ ਹੈ। ਇਹਦੇ ਵਿੱਚ ਸਾਡਾ ਟੋਨਿਕ ਮਸਾਲਾ ਪੈਂਦਾ, ਇਹਦੇ ਵਿੱਚ ਕਰੀਮ ਪੈਂਦੀ ਹੈ, ਮਿਰਚ ਮਸਾਲਾ, ਆਲ ਓਵਰ ਚੀਜ਼ਾਂ ਵਿੱਚ ਇਹਦੇ ਵਿੱਚ ਸਾਰੀਆਂ ਪੈਂਦੀਆਂ। ਇਹ ਸਾਡੀ ਚਟਪਟੀ ਚਾਂਪ ਤਿਆਰ ਹੈ ਭਾਜੀ। ਤੋ ਸਰ ਹੁਣ ਕਿਹੜੀ ਚਾਂਪ ਹੈ? ਲੋ ਵੀਰ ਜੀ, ਹੁਣ ਤੁਹਾਡੇ ਕੇ ਅਚਾਰੀ ਚਾਂਪ ਪੇਸ਼ ਕੀਤੀ ਜਾਂਦੀ ਹੈ, ਚਟਪਟੀ ਚਾਂਪ ਤਿਆਰ ਕਰਨ ਲੱਗੇ। ਮੱਖਣ ਇਹ ਹੈਗਾ ਟੋਨਿਕ ਮਸਾਲਾ, ਸਾਡਾ ਸਪੈਸ਼ਲ ਹੈ। ਸੋ ਬਹੁਤ ਹੀ ਅਮੇਜ਼ਿੰਗ ਢੰਗ ਨਾਲ, ਜੋ ਕਹਿ ਸਕਦੇ ਆਪਾਂ ਬਿਲਕੁਲ ਬਾਜ਼ਾਰ ਨਾਲੋਂ ਡਿਫਰੈਂਟ ਹੈ, ਇਹ ਚਾਂਪ ਬਣਾ ਕੇ ਦੇ ਰਹੇ ਆ। ਅਫਗਾਨੀ ਜਿਹੜੀ ਇਹ ਚਾਂਪ ਹੈ, ਇਹਨਾਂ ਕੋਲ ਅਲੱਗ ਅਲੱਗ ਤਰੀਕੇ ਦੀ ਚਾਂਪ ਮਿਲਦੀ ਹੈ। ਇਹ ਤਿਆਰ ਹੋ ਜਾ ਰਹੀ ਹੈ ਚਾਰੀ ਚਾਂਪ। ਲਓ ਵੀਰ ਜੀ, ਇਹ ਤੁਹਾਡੇ ਸਾਹਮਣੇ ਹੁਣ ਤਿਆਰ ਹੋ ਗਈ ਹੈ ਚਾਰੀ ਚਾਂਪ, ਹਰਿਆਲੀ ਚਾਂਪ ਤਿਆਰ ਹੈ। ਹੁਣ ਹਰਿਆਲੀ ਚਾਂਪ ਤਿਆਰ ਹੋਣ ਲੱਗੀ। ਦੇਖੋ ਜੀ, ਇਹ ਜਿਹੜੇ ਵੀ ਮਸਾਲੇ ਜਾਂ ਸੋਸਿਸ ਵਗੈਰਾ ਯੂਜ਼ ਕਰਦੇ ਨੇ, ਬਿਲਕੁਲ ਪ੍ਰੋਡਕਟ ਕੰਪਨੀ ਦੇ ਯੂਜ਼ ਕਰਦੇ ਨੇ, ਅਤੇ ਕਾਫੀ ਹਾਈਜੀਨਿਕ ਇਹਨਾਂ ਦੀ ਜਗ੍ਹਾ, ਅਤੇ ਚੀਜ਼ਾਂ ਵੀ ਬਹੁਤ ਵਧੀਆ ਯੂਜ਼ ਕਰਦੇ ਕੰਪਨੀ ਬ੍ਰਾਂਡ ਦੀਆਂ। ਅਤੇ ਮੈਂ ਵੀ ਤੁਹਾਨੂੰ ਇੱਕ ਸੁਜੈਸ਼ਨ ਦੇਵਾਂਗਾ, ਇੱਥੇ ਆ ਕੇ ਇੱਕ ਵਾਰੀ ਟਰਾਈ ਜ਼ਰੂਰ ਕਰੋ, ਕਿਉਂਕਿ ਕਹਿੰਦੇ ਨੇ ਕਿ ਜੇਕਰ ਖਾਣਾ ਚੰਗਾ ਹੋਵੇ ਤਾਂ ਸਵਾਦ ਵੀ ਚੰਗਾ ਹੀ ਆਏਗਾ। ਸੋ ਇੱਕ ਵਾਰੀ ਜ਼ਰੂਰ ਤੇਰਾ ਤੇਰਾ ਚਾਹ ਭੱਟੇ ਵਿਜ਼ਿਟ ਕਰੋ। ਤੇਰਾ ਤੇਰਾ ਇੱਕ ਸਾਡੇ ਗੁਰੂ ਨਾਨਕ ਦੇਵ ਜੀ ਨੇ ਪ੍ਰਥਾ ਚਲਾਈ ਸੀ ਤੇਰਾ ਤੇਰਾ। ਸੋ ਮੈਂ ਵੀ ਇੱਕ ਵਾਰੀ ਤੁਹਾਨੂੰ ਕਹਾਂਗਾ ਕਿ ਇੱਥੇ ਆ ਕੇ ਦਰਸ਼ਨ ਜ਼ਰੂਰ ਦਿਓ ਜੀ, ਅਤੇ ਵੱਖ ਵੱਖ ਤਰੀਕੇ ਦੀ ਚਾਂਪ ਜ਼ਰੂਰ ਇੱਕ ਵਾਰੀ ਟੇਸਟ ਕਰੋ। ਸੋ ਇਹ ਸਾਡੀ ਅਚਾਰੀ ਚਾਂਪ 'ਚ, ਇਹ ਹਰਿਆਲੀ ਚਾਂਪ, ਇਹ ਮਲਾਈ ਚਾਂਪ, ਇਹ ਮਸਾਲਾ ਚਾਂਪ, ਬਹੁਤ ਹੀ ਟੇਸਟੀ ਲੱਗ ਰਹੀ ਹੈ। ਸੋ ਇਹਨਾਂ ਵਾਰੀ ਟੇਸਟਿੰਗ ਦੀ ਆਪਾਂ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿ ਕਿੰਨਾ ਕੁ ਜ਼ਿਆਦਾ ਸਵਾਦ ਇਹ ਸਰਵ ਕਰ ਰਹੇ ਨੇ। ਮਸਾਲਾ ਜਾਂ ਮਸਾਲੇ ਦੇ ਸਾਰੇ ਫਲੇਵਰ ਬੜੇ ਵਧੀਆ ਆ ਰਹੇ ਨੇ, ਬਹੁਤ ਸੌਫਟ ਚਾਂਪ ਹੈ ਮਾਰਕੀਟ ਨਾਲ। ਹੁਣ ਆਪਾਂ ਟੇਸਟ ਕਰਾਂਗੇ ਮਲਾਈ ਚਾਂਪ। ਅਮੂਲ ਦੀ ਕਰੀਮ ਇਹਨਾਂ ਨੇ ਯੂਜ਼ ਕੀਤੀ ਹੈ, ਬਹੁਤ ਹੀ ਰਿਚ ਫਲੇਵਰ ਆ ਰਿਹਾ ਮਲਾਈ ਚਾਂਪ 'ਚ ਵੀ, ਅਤੇ ਇਹ ਇਹਨਾਂ ਦੀ ਹਰਿਆਲੀ ਚਾਂਪ 'ਚ। ਹਰ ਇੱਕ ਚਾਂਪ 'ਚ ਡਿਫਰੈਂਟ ਡਿਫਰੈਂਟ ਫਲੇਵਰ ਆਏਗਾ।
ਮੈਂ ਮਾਰਕੀਟ 'ਚ ਕੀ ਨੋਟ ਕੀਤਾ ਇੱਕੋ ਹੀ ਚਾਂਪ ਉੱਤੇ ਕਲਰ ਮਿਲਾ ਕੇ ਉਹਦਾ ਕਲਰ ਡਿਫਰੈਂਟ ਕਰਦੇ ਚੀਜ਼ ਸੇਮ ਹੁੰਦੀ ਬਸ ਕਲਰ ਚੇਂਜ ਹੁੰਦਾ ਬਟ ਇਹ ਸਾਰੀ ਪਲੇਟਰ ਦੇ ਵਿੱਚ ਹਰ ਇੱਕ ਚਾਂਪ ਦਾ ਫਲੇਵਰ ਅਲੱਗ ਅਲੱਗ ਆ ਰਿਹਾ ਬਹੁਤ ਹੀ ਟੇਸਟੀ ਸੀ ਹੁਣ ਅਚਾਰੀ ਚਾਂਪ ਨੂੰ ਤੁਹਾਡਾ ਟੇਸਟ ਕਰਕੇ ਦੱਸਾਂ ਜੀ ਇੱਕ ਤਾਂ ਪਲੇਟ ਭਰ ਭਰ ਕੇ ਸਰਵ ਕੀਤੀ ਗਈ ਬਹੁਤ ਵੱਡੇ ਵੱਡੇ ਪੀਸ ਦਿੱਤੇ ਨੇ ਕਿਉਂਕਿ ਚਾਂਪ ਬਹੁਤ ਸੌਫਟ ਹੈ ਨਾ ਅਚਾਰੀ ਚਾਂਪ ਅਤੇ ਮਲਾਈ ਚਾਂਪ ਅਚਾਰੀ ਚਾਂਪ ਦੇ ਵਿੱਚ ਐਪ ਪ੍ਰੋਪਰ ਜਿਵੇਂ ਅਚਾਰ ਦੇ ਮਸਾਲੇ ਦਾ ਟੇਸਟ ਆਉਂਦਾ ਉਵੇਂ ਹੈ ਅਤੇ ਮਲਾਈ ਚਾਂਪ 'ਚ ਬਿਲਕੁਲ ਐ ਰਿਚ ਟੇਸਟ ਆਉਂਦਾ ਮੂਲ ਕਰੀਮ ਦਾ ਅਤੇ ਹਰ ਇੱਕ ਚਾਂਪ 'ਚ ਪਰਫੈਕਟ ਮਸਾਲੇ ਦੇ ਫਲੇਵਰ ਆਉਂਦੇ ਆ ਸੋ ਆਲ ਓਵਰ ਮੈਂ ਕਹਾਂ ਬਹੁਤ ਹੀ ਵਧੀਆ ਭਾਜੀ ਬਹੁਤ ਵਧੀਆ ਚਾਂਪ ਤੁਹਾਡੀ ਬੇਟਾ ਅਤੇ ਮੈਂ ਕਹਾਂ ਹਰ ਇੱਕ ਜਿਹੜਾ ਮਸਾਲਾ ਹੈ ਉਹ ਚਾਂਪ 'ਚ ਤੁਹਾਡੇ ਬਿਲਕੁਲ ਬੈਲੈਂਸਡ ਫਲੇਵਰ ਆ ਰਹੇ ਨੇ ਆਪਣਾ ਸਾਰੇ ਮਸਾਲੇ ਵੀ ਜੀ ਆਪਦੇ ਕੀਤੇ ਜਾਂਦੇ ਜੋ ਜੋ ਅਸੀਂ ਇੱਕ ਇੱਕ ਫਲੇਵਰ ਦਾ ਸਾਨੂੰ ਕਸਟਮਰ ਨੂੰ ਇੱਕ ਇੱਕ ਫਲੇਵਰ ਸਾਰਾ ਟੇਸਟ ਹੋਵੇ ਕਿ ਕੋਈ ਵੀ ਫਲੇਵਰ ਜਿਹੜਾ ਉਹਨੂੰ ਐਂ ਨਾ ਲੱਗੇ ਕਿ ਇੱਕੋ ਚਾਂਪ ਆ ਰਿਹਾ ਉਹਨੂੰ ਹਰ ਚੀਜ਼ ਦੀ ਇੱਕ ਇੱਕ ਚਾਂਪ ਉਹਨੂੰ ਟੇਸਟ ਆਏਗਾ ਅਚਾਰੀ ਦਾ ਆਏਗਾ ਅਚਾਰੀ ਦਾ ਆਏਗਾ ਇੱਥੇ ਐਕਚੁਅਲੀ 'ਚ ਹਰਿਆਲੀ ਕੋਈ ਨਹੀਂ ਸਹੀ ਪ੍ਰੋਪਰ ਬਣਾ ਸਕਦਾ ਹਰਿਆਲੀ ਦਾ ਮੈਂ ਚੈਲੰਜ ਕਰਦਾ ਕੋਈ ਆ ਜਾਏ ਜਿਹੜਾ ਕੋਈ ਵੀ ਕੋਈ ਫੂਡੀ ਆ ਜਾਏ ਕੋਈ ਜਿਹੜਾ ਦੁਕਾਨਦਾਰ ਆ ਜਾਏ ਮੇਰੀ ਹਰਿਆਲੀ ਚਾਂਪ ਸਾਰਿਆਂ ਨਾਲੋਂ ਵੱਖਰੀ ਹੋਏਗੀ ਹਰਿਆਲੀ ਦਾ ਪੂਰਾ ਆਏਗਾ ਟੇਸਟ ਮੈਂ ਤੇ ਕਹਾਂਗਾ ਫੇਰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ 13-13 ਚਾਂਪਟ ਤੇ ਸਰ ਇੱਕ ਵਾਰੀ ਇਹਨਾਂ ਨੂੰ ਐਡਰੈਸ ਸਮਝਾ ਦਿਓ 13-13 ਚਾਂਪਟ ਸੁਲਤਾਨਵਿੰਗ ਗੇਟ ਨੀਅਰ ਓਪੋਜ਼ਿਟ ਸਾਈਡ ਹੈਗਾ ਉਹਦਾ ਬਿਜਲੀ ਘਰ ਉਹਦੇ ਸਾਹਮਣੇ ਬਿਲਕੁਲ ਨਾਲ ਸਾਡੀ 13-13 ਸ਼ੋਪ ਬਾਬੇ ਨਾਨਕ ਦੀ ਦੁਕਾਨ ਹੈ ਸਾਡੀ ਦੀ ਅਤੇ ਜ਼ਰੂਰ ਵਿਜ਼ਿਟ ਕਰਨਾ ਕਿਰਪਾ ਕਰਕੇ ਥੈਂਕ ਯੂ